ਅੱਜ ਤੁਹਾਨੂੰ ਅਸੀਂ ਅਦਾਕਾਰਾ ਸਾਇਮਾ ਤੇ ਨਦੀਮ ਸਾਹਿਬ ਦੀ ਇੱਕ ਅੰਦਰਲੀ ਵਿਚਾਰਲੇ ਖਾਤੇ ਦੀ ਇੱਕ ਗੱਲ ਨਾ ਸੁਣਾਈਏ ਸੁਣੋ ਫਿਰ ਤੁਹਾਨੂੰ ਚਸ ਆਏਗੀ ਪੂਰੀ ਇੱਕ ਜ਼ਮਾਨਾ ਸੀ ਕਿ ਜਦੋਂ ਅਦਾਕਾਰ ਨਦੀਮ ਸਾਹਿਬ ਦਾ ਤੂਤੀ ਬੋਲਦਾ ਸੀ ਬਤੌਰ ਹੀਰੋ ਪੜੀਆਂ-ਪੜੀਆਂ ਆਊਟ ਕਲਾਸ ਫਿਲਮਾਂ ਉਹਨਾਂ ਨੇ ਦਿੱਤੀਆਂ ਇੰਤਹਾ ਦੇ ਲੱਖਾਂ ਕਰੋੜਾਂ ਉਹਨਾਂ ਦੇ ਮੰਨਣ ਵਾਲੇ ਪਰ ਸਤਾਰ ਉਹਨਾਂ ਦੇ ਫਿਰ ਤੁਹਾਨੂੰ ਪਤਾ ਵਕਤ ਜਿਹੜਾ ਗੁਜ਼ਰ ਜਾਂਦਾ ਹੈ ਢਲ ਜਾਂਦਾ ਬੰਦੇ ਤੇ ਜਵਾਨੀ ਢਲ ਜਾਂਦੀ ਹੈ ਇਹਨਾਂ ਤੇ ਵੀ ਜਵਾਨੀ ਢਲ ਗਈ 90 ਦੀ ਦਹਾਈ ਸ਼ੁਰੂ ਹੋ ਗਈ ਇਹਨਾਂ ਦਾ ਉਸ ਵੇਲੇ ਜਿਹੜਾ ਨਾ ਹੀਰੋਸ਼ਿਪ ਦਾ ਜ਼ਮਾਨਾ ਮੁੱਕ ਗਿਆ ਸੀ ਬੁੱਢੇ ਹੋ ਗਏ ਉਸ ਵੇਲੇ ਫਿਲਮਾਂ ਵਿੱਚ ਮਰਕਜ਼ੀ ਕਿਰਦਾਰ ਜਿਵੇਂ ਪਿਓ ਦੇ ਰੋਲ ਕਿਸੇ ਪੁਲਿਸ ਵਾਲੇ ਦੇ ਰੋਲ ਵਗੈਰਾ ਇਸ ਤਰ੍ਹਾਂ ਦੇ ਕਰਨ ਲੱਗ ਪਏ ਉਹ ਜ਼ਮਾਨਾ ਉਹ ਸੀ 90 ਦੀ ਦਹਾਈ ਸਟਾਰਟ ਦੀ ਕਿ ਜਦੋਂ ਅਦਾਕਾਰਾਂ ਸਾਇਮਾ ਤੇ ਸੁਲਤਾਨ ਰਾਏ ਸਾਹਿਬ ਨਾਲੋਂ ਹੀਰੋ ਬਣਨ ਲੱਗ ਪਏ ਲਾਤਦਾਦ ਫਿਲਮਾਂ ਚੋ ਹੀਰੋਇਨਾਂ ਅੰਜਮਨ ਉਹਨਾਂ ਨੇ ਜਿਹੜਾ ਨਾ ਨੁਕਰੇ ਲਾਜ ਦਾ ਜਦੋਂ ਇਹ ਐਂਟਰ ਹੋਈਆਂ ਨੇ ਅੰਜਮਨ ਦਾ ਜ਼ਮਾਨਾ ਮੁੱਕ ਗਿਆ ਠੀਕ ਹੈ ਬਤੌਰ ਹੀਰੋਇਨਾਂ ਬੜੀਆਂ ਫਿਲਮਾਂ ਕੀਤੀਆਂ ਓਏ ਓਏ ਨਾ ਚੰਗਾ ਜੇ ਨਾਸਕੇ guzari sajna ke san ਉਸ ਵੇਲੇ ਡਾਇਰੈਕਟਰ ਸੈਦ ਨੂਰ ਸਾਹਿਬ ਜਿਹੜੇ ਨੇ ਉਹ ਸਮਝ ਲਓ ਪਹਿਲੇ ਉਹ ਰਾਈਟਰ ਸਨ ਤੇ ਫਿਰ ਜਿਹੜੇ ਨੇ ਉਹ ਵੀ ਡਾਇਰੈਕਸ਼ਨ ਦੀ ਦੁਨੀਆ ਵਿੱਚ ਆ ਗਏ ਉਹਨਾਂ ਨੇ ਬੜੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਤੇ ਨਦੀਮ ਕਿਉਂਕਿ ਹੀਰੋ ਤੋਂ ਬਾਅਦ ਕਰੈਕਟਰ ਐਕਟਰ ਵਿੱਚ ਆ ਗਏ ਸਨ। ਲਿਹਾਜ਼ਾ ਉਹਨਾਂ ਨੇ ਨਦੀਮ ਸਾਹਿਬ ਨੂੰ ਉਸੇ ਤਰ੍ਹਾਂ ਹੀ ਲੈ ਕੇ ਨਾ ਤੇ ਆਪਣੀਆਂ ਫਿਲਮਾਂ ਦਾ ਹਿੱਸਾ ਬਣਾ ਲਿਆ ਉਹਨਾਂ ਨੇ। ਕਿਉਂਕਿ ਉਹਨਾਂ ਦੇ ਨਦੀਮ ਸਾਹਿਬ ਦੇ ਮੰਨਣ ਵਾਲੇ ਵੀ ਇੰਤਹਾ ਦੇ ਲੋਕ ਸਨ। ਲਿਹਾਜ਼ਾ ਕਰੈਕਟਰ ਐਕਟਰ ਵਿੱਚ ਹਰ ਫਿਲਮ ਦਾ ਹਿੱਸਾ ਸੈਦ ਨੂਰਦੀ ਫਿਲਮ ਦਾ ਹਿੱਸਾ ਨਦੀਮ ਸਾਹਿਬ ਜ਼ਰੂਰ ਹੁੰਦੇ ਸੀ। ਜਿਵੇਂ ਫਿਲਮ ਦੁਪੱਟਾ ਜਾਲ ਰਹਾ ਹੈ, ਦੀਵਾਰਾਂ, ਫਿਰ ਜ਼ੋਰ ਹੋਰ ਵੀ ਬੜੀਆਂ ਫਿਲਮਾਂ ਨੇ ਜਿਦੇ ਚ ਉਹਨਾਂ ਨੇ ਕਰੈਕਟਰ ਕਿਉਂ ਉਹਦੇ ਰੋਲ ਕੀਤੇ ਬੜੇ ਸ਼ਾਨਦਾਰ ਸਾਰੀਆਂ ਸੁਪਰ ਕਿਸੇ ਵਿੱਚ ਰੀਮਾ ਦੇ ਪਿਓ ਬਣੇ ਹਾਂਜੀ ਜਿਵੇਂ ਬਲੰਦੀ ਫਿਲਮ ਹੈ ਫਿਰ ਕਿਸੇ ਵਿੱਚ ਆਪਣਾ ਰੇਸ਼ਮ ਦੇ ਪਿਓ ਬਣੇ ਇਸੇ ਤਰ੍ਹਾਂ ਹੀ ਸੈਦ ਨੂਰ ਸਾਹਿਬ ਨੇ ਬਤੋ ਡਾਇਰੈਕਟਰ ਬਹੁਤ ਵੱਡੀ ਪੰਜਾਬੀ ਫਿਲਮ ਸ਼ੁਰੂ ਕਰ ਲਈ ਜੀ ਚੂੜੀਆਂ 1998 ਵਿੱਚ ਉਹਨਾਂ ਨੇ ਆਖਿਆ ਕਿ ਸਾਇਮਾ ਦੇ ਪਿਓ ਦਾ ਰੋਲ ਮੈਂ ਨਦੀਨ ਕੋਲ ਕਰਵਾਣਾ ਹੈ ਇਹ ਗੱਲ ਅਸਲ ਸੁਣਨ ਵਾਲੀ ਹੈ ਜਦੋਂ ਉਹਨਾਂ ਨੇ ਆਖਿਆ ਨਾ ਸੈਦ ਨੂਰ ਸਾਹਿਬ ਸਕ੍ਰਿਪਟ ਲੈ ਕੇ ਗਏ ਕਹਾਣੀ ਸੁਣਾਈ ਜਾ ਕੇ ਨਦੀਮ ਸਾਹਿਬ ਨੂੰ ਕਿ ਤੁਸੀਂ ਸਾਇਮਾ ਦੇ ਪਿਓ ਦਾ ਰੋਲ ਕਰਨਾ ਹੈ ਉਹਨੇ ਕਿਹਾ ਨਾ ਬੀਬਾ ਇਹ ਕੰਮ ਮੇਰੇ ਕੋਲ ਨਹੀਂ ਹੁੰਦਾ ਤੂੰ ਤੇ ਆਪਣੀਆਂ ਸਾਰੀਆਂ ਫਿਲਮਾਂ ਸਾਇਮਾ ਨੂੰ ਚੱਕਵਾਉਣਾ ਹੁੰਦਾ ਹੈ ਹੈ ਜੀ ਕਿ ਗੁੰਡੇ ਚੁੱਕ ਕੇ ਲਾਗੇ ਤੇ ਇਹ ਇਹ ਮੁੜ ਕੇ ਛਾਪ ਲੱਗ ਜਾਂਦੀ ਹੁੰਦੀ ਤਾਂ ਮੈਂ ਨਹੀਂ ਇਹ ਕੰਮ ਕਰਨਾ ਭਾਈ ਸਾਇਮਾ ਦੇ ਪਿਓ ਦਾ ਰੋਲ ਮੈਂ ਨਹੀਂ ਕਰਨਾ ਲਿਆਦਾ ਉਹਨਾਂ ਸਾਫ਼ ਇਨਕਾਰ ਕਰ ਦਿੱਤਾ ਤੇ ਮਾਫ਼ਰਤ ਵੀ ਕਰ ਲੇ ਕਿ ਮੈਨੂੰ ਸ਼ਾਹੀ ਜੀ ਤੁਸੀਂ ਮਾਫ਼ ਹੀ ਕਰੋ ਕਿਸੇ ਹੋਰ ਕੋ ਕਰਵਾ ਲਓ ਹੋ سید ਨੂਰ ਸਾਹਿਬ ਨੇ ਤੇ ਇੱਕ ਕਰੈਕਟਰ ਜਿਹੜਾ ਖੁਦ ਲਿਖਵਾਇਆ ਸੀ ਇਹਨਾਂ ਵਾਸਤੇ ਨਦੀਮ ਸਾਹਿਬ ਵਾਸਤੇ ਹੁਣ ਮਰਦੇ ਕੀ ਨਾ ਕਰਦੇ ਸੁਲਤਾਨ ਰਾਏ ਸਾਹਿਬ ਜਦੋਂ ਦੁਨੀਆ ਤੋਂ ਗਏ ਨਾ ਤੇ ਉਸ ਵੇਲੇ ਉਹਨਾਂ ਦੇ ਨਾਲ-ਨਾਲ ਮੁਸਤਕਰੀਸ਼ੀ ਸਾਹਿਬ ਹਮਾਈਓਂ ਕ੍ਰੇਸ਼ੀ ਸਾਹਿਬ ਇਹਨਾਂ ਦਾ ਵੀ ਜਿਹੜਾ ਨਾ ਵਿਲਨ ਦਾ ਜਿਹੜਾ ਜ਼ਮਾਨਾ ਸੀ ਮੁੱਕ ਗਿਆ ਉਸ ਵੇਲੇ ਵਿਲਨ ਜਿਹੜੇ ਨੇ ਟੌਪ ਦੇ ਵਿਲਨ ਬਣ ਗਏ ਸਨ ਸ਼ਫਕਤ ਜੀਮਾ ਸਾਹਿਬ ਹੁਣ ਸ਼ਫਕਤ ਜੀਮਾ ਤੇ ਵਿਲਨ ਦਾ ਰੋਲ ਕਰਦਾ ਸੀ ਸਾਰੀਆਂ ਫਿਲਮਾਂ ਵਿੱਚ ਸੈਯਦ ਨੂਰ ਸਾਹਿਬ ਸ਼ਫਕਤ ਚੀਮਾ ਸਾਹਿਬ ਕੋਲ ਗਏ ਚੀਮਾ ਸਾਹਿਬ ਨੇ ਖੁਦ ਇੱਕ ਇੰਟਰਵਿਊ ਵਿੱਚ ਦੱਸਿਆ ਹਾਂਜੀ ਕਿ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਜਦੋਂ ਆਏ ਨੇ ਕਹਾਣੀ ਸੁਣਾਈ ਹੈ ਮੈਨੂੰ ਤੇ ਮੈਂ ਆਖਿਆ ਯਾਰ ਕਿ ਮੈਂ ਤਾਂ ਵਿਲਨ ਦਾ ਰੋਲ ਪੈਕ ਕਰਨਾ ਵਾ ਲੇਕਿਨ ਉਹ ਮੰਨ ਗਏ ਉਹਨੇ ਕਿਹਾ ਮੈਂ ਇਸ ਰੋਲ ਨੂੰ ਕਰਾਂਗਾ ਚੈਲੰਜ ਸਮਝ ਕੇ ਕਿ ਕੋਈ ਮੈਨੂੰ ਛਾਪ ਨਾ ਮੇਰੇ ਤੇ ਲਾ ਦੇ ਕਿ ਮੈਂ ਸਿਰਫ ਵਿਲਨ ਦਾ ਹੀ ਰੋਲ ਕਰ ਸਕਦਾ ਮੈਂ ਸਾਰੇ ਅਲਹਮਦੁਲਿਲਾ ਰੋਲ ਜਿਹੜੇ ਨੇ ਕਰ ਸਕਦਾ ਸੋਹਣਿਓ ਲਿਹਾਜ਼ਾ ਮੈਂ ਚੈਲੰਜ ਸਮਝ ਕੇ ਇਸ ਰੋਲ ਨੂੰ ਕਬੂਲ ਕਰਨਾ ਤੇ ਕਰਕੇ ਦੱਸਾਂਗਾ ਇਹ ਤੁਸ਼ਮਨ ਹ ਹੁਣ ਜਦੋਂ ਬਾਕੀ ਡਾਇਰੈਕਟਰਾਂ ਨੇ ਇਹ ਚੀਜ਼ ਵੇਖੀ ਕਿ ਯਾਰ ਵਿਲਨ ਸ਼ਫਕਤ ਜੀ ਮਾ ਸਾੜੀ ਫਿਲਮਾਂ ਵਿੱਚ ਬਤੌਰ ਟਾਈਟਲ ਜਿਹੜਾ ਵਿਲਨ 메ਨ ਵਿਲਨ ਦਾ ਰੋਲ ਕਰ ਰਿਹਾ ਤੇ ਸ਼ਾਹ ਹੋਰਾਂ ਦੀ ਫਿਲਮ ਵੇ ਸ਼ਾਹ ਜੀ ਹੋਰਾਂ ਦੀ ਫਿਲਮ ਚੂੜੀਆਂ ਵਿੱਚ ਇਹ ਭਿਓ ਦਾ ਰੋਲ ਕਰਨ ਦੇ ਨੇ ਇੱਕ ਚੰਗਾ ਚੰਗੇ ਇਨਸਾਨ ਦਾ ਰੋਲ ਪੇ ਕਰਦੇ ਨੇ ਲਿਆਜ਼ਾ ਕਿਹਾ ਜਾਂਦਾ ਉਸ ਵੇਲੇ ਡਾਇਰੈਕਟਰ ਲੋਕੀ ਜਿਹੜੇ ਨੇ ਇਹਦੇ ਤੇ ਖਫਾ ਵੀ ਹੋਏ ਕਿ ਯਾਰ ਇਹ ਕੰਮ ਨਾ ਤੂੰ ਕਰ ਸਾਡੀਆਂ ਫਿਲਮਾਂ 'ਚ ਵਿਲਨ ਤੇ ਉਧਰ ਤੂੰ ਕੀ ਕਰਨ ਦੇ ਆ ਇਹ ਕੋਈ ਚੰਗਾ ਅਸਰ ਨਹੀਂ ਪੈਂਦਾ ਉਹਨੇ ਕਹਿੰਨੇ ਜੀ ਮੈਂ ਰੋਲ ਕਰਨਾ ਹਲ ਕਈ ਕਿਹਾ ਜਾਂਦਾ ਹੈ ਕਈ ਡਾਇਰੈਕਟਰ ਜਿਹੜੇ ਨੇ ਨਾ ਉਹਨਾਂ ਨੇ ਆਪਣੀ ਫਿਲਮ ਵਿੱਚੋਂ ਸ਼ਫਕਤ ਚੀਮਾ ਸਾਹਿਬ ਨੂੰ ਕੱਟ ਵੀ ਕਰ ਦਿੱਤਾ ਇਹ ਫਿਲਮ ਖੈਰ ਜਦੋਂ ਜੇ ਲੱਗੀ ਹੈ 98 ਵਿੱਚ ਤੇ ਸੁਪਰ ਡੁੱਪਰਟ ਹੋ ਗਈ ਚੂੜੀਆਂ ਹਾਂਜੀ ਸ਼ਫਕਤ ਚੀਮੇ ਨੇ ਸੈਮਾ ਦੇ ਪਿਓ ਦਾ ਰੋਲ ਕੀਤਾ ਇਸ ਫਿਲਮ ਵਿੱਚ ਹਾਲਾਂਕਿ ਇਸ ਤੋਂ ਪਹਿਲੇ ਸਾਰੀਆਂ ਫਿਲਮਾਂ ਵਿੱਚ ਸ਼ਫਕਤ ਚੀਮਾ ਸੈਮਾ ਨੂੰ ਚੁੱਕ ਕੇ ਲਿਆ ਜਾਂਦਾ ਹੁੰਦਾ ਸੀ ਫਿਰ ਅੱਗੇ ਚੱਲ ਕੇ ਸੈਮਾ ਦੇ ਨਾਲ ਹੀਰੋ ਦਾ ਰੋਲ ਵੀ ਬੜੀਆਂ ਫਿਲਮਾਂ ਵਿੱਚ ਕੀਤਾ ਕਿੰਨੇ ਵਾਲਾ ਸ਼ਾਹ ਖਦੀਮਾ ਫਿਲਮ ਇੰਡਸਟਰੀ ਚੱਲਦਾ ਰਹਿੰਦਾ ਕਦੀ ਪਿਓ ਦਾ ਰੋਲ ਕਿਹੜਾ ਹੋ ਗੋ ذاتی ਜ਼ਿੰਦਗੀ ਦੇ ਕੋ ਰੋਲ ਹੁੰਦੇ ਇੱਕ ਫਿਲਮ ਇੰਡਸਟਰੀ ਚੱਲਦਾ ਰਹਿੰਦਾ ਲੇਕਿਨ ਦੱਸਣਾ ਮਕਸੂਦ ਹੈ ਵੇ ਕਿ ਉਸ ਵੇਲੇ ਨਦੀਮ ਸਾਹਿਬ ਨੇ ਮਾਜ਼ਰਤ ਕਰ ਲਈ ਸੀ ਸੈਦ ਨੂਰ ਸਾਹਿਬ ਕੋ ਕਿ ਮੈਂ ਸਾਇਮਾ ਦੇ ਪਿਓ ਦਾ ਰੋਲ ਨਹੀਂ ਕਰਨਾ ਕਿ ਤੁਸੀਂ ਫਿਲਮਾਂ ਵਿੱਚ ਇਹਨੂੰ ਗੁੰਡੇ ਚੁੱਕ ਕੇ ਲੈ ਜਾਂਦੇ ਨੇ ਲਿਹਾਜ਼ਾ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਇਹ ਜਿਹੜਾ ਨਾ ਫੈਸਲਾ ਨਹੀਂ ਸੀ ਕਰਨਾ ਚਾਹੀਦਾ ਕਿਉਂਕਿ ਉਹ ਫਿਲਮ ਲਾਈਨ ਹੈ ਯਾਰ ਉਹਦੇ ਤੇ ਫਿਲਮਾਂ ਚੱਲਦਾ ਰਹਿੰਦਾ ਕਰੈਕਟਰ ਨੇ ਤੁਸੀਂ ਕਰਨੇ ਨੇ ਕਿਹੜੀ ਤੁਹਾਡੇ ਤੇ ਛਾਪ ਲੱਗ ਜਾਣੀ ਸੀ ਕਿ ਤੁਸੀਂ ਸਾਇਮਾ ਦੇ ਪਿਓ ਹੀ ਹੈਂ ਜੀ ਚਲੋ ਖੈਰ ਉਹਨਾਂ ਦਾ ਆਪਣਾ ਇੱਕ ਕੀ ਕਹਿੰਨੇ ਆ ਜ਼ਾਤੀ ਫੈਸਲਾ ਹੈ ਬਾਕੀ ਇਹ ਸਾਡੇ ਵਾਸਤੇ ਲੈਜੈਂਡ ਨੇ ਸਾਰੇ ਸੁਪਰਸਟਾਰ ਨੇ ਇਹ ਉਹ ਵਾਕਿਆ ਜੀ ਕਿ ਜਿਹੜਾ ਬਹੁਤ ਸਾਰੇ ਫਿਲਮੀ ਸਾਹਫੀਆਂ ਨੇ ਵੀ ਸ਼ੇਅਰ ਕੀਤਾ ਹੈ ਮਸ਼ਹੂਰ ਵਾਕਿਆ ਫਿਲਮ ਇੰਡਸਟਰੀ ਦੇ ਲੋਕਾਂ ਵਾਸਤੇ ਆਮ ਲੋਕਾਂ ਵਾਸਤੇ ਮਸ਼ਹੂਰ ਨਹੀਂ ਜਿਹੜਾ ਅਸੀਂ ਸੋਚਿਆ ਤੁਹਾਡੇ ਨਾਲ ਅਸੀਂ ਵੀ ਸ਼ੇਅਰ ਕਰ ਦਿੰਨੇ ਆ ਤੇ ਪਿਆਰਿਓ ਉਮੀਦ ਕਰਾਂਗੇ ਤੁਹਾਨੂੰ ਅੱਜ ਦਾ ਵਾਕਿਆ ਪਸੰਦ ਆ ਦਿਓ ਜਾਸਤਾ ਕਿਸੇ ਹੋਰ ਵੀਡੀਓ ਦਾ ਨਾਲ ਤੁਹਾਡੀ ਸੇਵਾ ਚ ਹਾਂ ਜੀ ਅੱਲਾ ਬੇ